ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਇਸਕੇ ਬੈਂਸ ਲੈ ਕੇ ਹਾਜ਼ਰ ਹਾਂ ਇੱਕ ਹੋਰ ਖਾਸ ਖਬਰ, ਜਿੱਥੇ ਪੰਜਾਬ ਅੰਦਰ ਵਿਆਹ ਸਮਾਗਮਾਂ ਤੇ ਲੱਖਾਂ ਕਰੋੜਾਂ ਰੁਪਏ ਖਰਚ ਕੇ ਆਪਣੀ ਬੱਲੇ ਬੱਲੇ ਕਰਵਾਉਣ ਦੀ ਹੋੜ ਲੱਗੀ ਹੋਈ ਹੈ। ਉੱਥੇ ਹੀ ਸਬ ਡਿਵੀਜ਼ਨ ਮੌੜ ਮੰਡੀ ਵਿਖੇ ਇੱਕ ਕਿਸਾਨ ਦੇ ਪੁੱਤਰ ਨੇ ਵੱਖਰੀ ਮਿਸਾਲ ਪੈਦਾ ਕੀਤੀ ਹੈ। ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਗੁਰਬਖਸ਼ੀ ਸਿੰਘ ਗੱਗੀ ਕਾਰ ਵਿੱਚ ਬਰਾਤ ਜਾਣ ਦੀ ਬਜਾਏ ਸਾਈਕਲ ਤੇ ਸਹੁਰਾ ਪਰਿਵਾਰ ਗਿਆ ਅਤੇ ਰਮਨਦੀਪ ਕੌਰ ਦੀ ਵਿਦਾਈ ਵੀ ਸਾਈਕਲ ਤੇ ਹੀ ਕਰਵਾਈ। ਦੇਖਦੇ ਹਾਂ ਇਹ ਖਾਸ ਰਿਪੋਰਟ। ਸਾਈਕਲ ਤੇ ਸੱਜ ਧੱਜ ਕੇ ਜਾ ਰਿਹਾ ਇਹ ਨੌਜਵਾਨ ਸਬ ਡਿਵੀਜ਼ਨ ਮੌੜ ਮੰਡੀ ਦੇ ਪਿੰਡ ਰਾਮਨਗਰ ਦਾ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਗੁਰਬਖਸ਼ੀ ਸਿੰਘ ਗੱਕੀ ਹੈ, ਜੋ ਕਿ ਆਪਣੀ ਪਤਨੀ ਨੂੰ ਵਿਆਹਣ ਲਈ ਵੱਡੀ ਗੱਡੀ ਦੀ ਬਜਾਏ ਸਾਈਕਲ ਤੇ ਜਾ ਰਿਹਾ ਹੈ। ਵਿਆਹ ਸਮਾਗਮ ਉਸ ਦੇ ਪਿੰਡ ਰਾਮਨਗਰ ਤੋਂ 20 ਕਿਲੋਮੀਟਰ ਦੂਰ ਪਿੰਡ ਠੂਠੀਆਂ ਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਸਾਦੇ ਢੰਗ ਨਾਲ ਕੀਤਾ ਗਿਆ ਸੀ, ਜਿੱਥੇ ਆਨੰਦ ਕਾਰਜ ਕਰਵਾਉਣ ਤੋਂ ਬਾਅਦ ਲੰਗਰ ਵਿੱਚ ਚਾਹ ਪਾਣੀ ਚੱਕ ਕੇ ਆਪਣੀ ਪਤਨੀ ਨੂੰ ਸਾਈਕਲ ਤੇ ਹੀ ਵਾਪਸ ਬਿਠਾ ਕੇ ਲੈ ਕੇ ਆਇਆ। ਸਾਈਕਲ ਤੇ ਆ ਰਹੀ ਜੋੜੀ ਨੂੰ ਦੇਖ ਕੇ ਸਭ ਹੈਰਾਨ ਹੋ ਰਹੇ ਹਨ। ਦੱਸਣਾ ਬਣਦਾ ਹੈ ਕਿ ਗੁਰਬਖਸ਼ੀਸ ਇੱਕ ਚੰਗੇ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੈ, ਜੋ ਕਿ MA ਦੀ ਪੜ੍ਹਾਈ ਵੀ ਕਰ ਰਿਹਾ ਹੈ, ਪਰ ਦਾਜ ਦਹੇਜ ਦੇ ਬਿਲਕੁਲ ਖਿਲਾਫ ਹੈ, ਜਿਸ ਕਰਕੇ ਉਸਨੇ ਸਹੁਰਾ ਪਰਿਵਾਰ ਅੱਗੇ ਪਹਿਲੀ ਸ਼ਰਤ ਸਾਈਕਲ ਤੇ ਬਰਾਤ ਲਿਆਉਣ ਦੀ ਰੱਖੀ ਸੀ। ਗੁਰਬਖਸ਼ੀਸ ਸਿੰਘ ਦਾ ਕਹਿਣਾ ਹੈ ਕਿ ਅੱਡੀਆਂ ਚੁੱਕ ਕੇ ਫਾਹਾ ਲੈਣ ਨਾਲੋਂ ਚੰਗਾ ਸਾਦੇ ਵਿਆਹ ਠੀਕ ਹਨ। ਗੁਰਬਖਸ਼ੀਸ਼ ਮੈਡਮ ਦਾ ਰਮਨਦੀਪ, ਹਾਂਜੀ ਰਮਨਦੀਪ। ਅੱਛਾ, ਜਿਹੜੀ ਸੀ ਕਿਹੜੇ ਪਿੰਡ ਦੇ ਰਹਿਣ? ਰਾਮਨਗਰ। ਅੱਛਾ, ਤੇ ਅੱਜ ਵਿਆਹ ਵਿੱਚ ਕਿੱਥੇ ਗਏ ਸੀ ਤੁਸੀਂ? ਆਪਣੇ ਠੂਠੇ ਵਾਲੇ ਗੁਰੂ ਘਰ 'ਚ। ਅੱਛਾ, ਇਹ ਤੁਹਾਨੂੰ ਕਿਵੇਂ ਲੱਗਿਆ ਸਾਈਕਲ ਦਾ ਯਾਤਰਾ ਕਰਨਾ? ਸਾਈਕਲ ਤੇ ਮੈਨੂੰ ਬਹੁਤ ਵਧੀਆ ਲੱਗਿਆ, ਇਹਦੇ ਨਾਲ ਮੰਨ ਲਓ ਆਪਣੇ ਕੋਈ ਵਿਆਹ ਦਾ ਖਰਚ ਨਹੀਂ, ਸਿੰਪਲ ਸਾਦਾ ਵਿਆਹ ਸੀਗਾ ਜੀ, ਅਤੇ ਕੋਈ ਮੰਨ ਲਓ ਹੋਰ ਕੋਈ ਪੈਲਸ ਵਗੈਰਾ ਨਹੀਂ ਸੀਗਾ। ਠੀਕ ਹੈ ਜੀ, ਅਤੇ ਬਿਨਾਂ ਖਰਚੇ ਤੋਂ ਵਿਆਹ ਹੋਇਆਗਾ ਸਾਈਕਲ ਤੇ ਸਿੰਪਲ, ਅਤੇ ਕੋਈ ਬਰਾਤ ਨਹੀਂ ਹੈਗੀ, ਮੰਨ ਲਓ ਆਪਣੇ ਘਰ ਘਰ ਦੇ ਬਸ 10-12 ਜਾਣੇ ਘਰ ਦੇ ਤੱਕ 10-12 ਸਮਾਂ ਜੀ। ਤੁਹਾਡੀ ਲਵ ਮੈਰਿਜ ਅਰੇਂਜ ਮੈਰਿਜ ਆਪਣੇ ਅਰੇਂਜ ਮੈਰਿਜ ਅਰੇਂਜ ਮੈਰਿਜ ਅੱਛਾ ਜੀ, ਤੁਸੀਂ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਮਾਜ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੇ ਵਾਧੂ ਖਰਚੇ ਆ ਪੈਲਸਾਂ ਦੇ ਅਤੇ ਹੋਰ ਲੋਕ ਅੱਡੀਆਂ ਚੱਕ ਕੇ ਫਾਹਾ ਲੈਂਦੇ ਆ ਜੀ, ਉਹਨਾਂ ਨੂੰ ਬੇਨਤੀ ਆ ਵੀ ਇਹ ਸਾਰਾ ਕੁਛ ਛੱਡ ਕੇ ਵੀ ਥੋੜ੍ਹਾ ਸਮਝਣ ਦੀ ਲੋੜ ਆ। ਉੱਧਰ ਦੂਜੇ ਪਾਸੇ ਲਾੜੇ ਗੁਰਬਖਸ਼ੀਸ ਸਿੰਘ ਦਾ ਦਾਦਾ ਵੀ ਆਪਣੇ ਪੋਤੇ ਵੱਲੋਂ ਸਾਈਕਲ ਤੇ ਵੋਟੀ ਲਿਆਉਣ ਤੇ ਗੀਤ ਗਾ ਗਾ ਕੇ ਖੁਸ਼ੀ ਮਨਾ ਰਿਹਾ ਸੀ, ਜਦੋਂ ਕਿ ਲਾੜੇ ਦੀ ਭੈਣ ਦਾ ਕਹਿਣਾ ਹੈ ਕਿ ਉਹਨਾਂ ਦੇ ਭਰਾ ਦੀ ਬਚਪਨ ਤੋਂ ਹੀ ਇੱਛਾ ਸੀ ਕਿ ਬਿਨਾਂ ਦਹੇਜ ਅਤੇ ਸਾਦਾ ਵਿਆਹ ਕਰਨਾ ਹੈ, ਤੇ ਉਹ ਆਪਣੇ ਲੜਕੇ ਦੀ ਸੋਚ ਤੇ ਮਾਣ ਮਹਿਸੂਸ ਕਰਦੀ ਹੈ। ਜ਼ਮੀਨ ਕਿੰਨੀ ਟੋਟਲ ਸਰ? 48 ਕਿੱਲੇ ਆ ਜੀ ਮੇਰੇ ਕੋਲ। ਅੱਛਾ, ਦੋ ਪੁੱਤਰ ਆ ਮੇਰੇ, ਦੋ ਹੀ ਪੋਤੇ ਹੈਗੇ। ਅੱਛਾ ਅੱਛਾ, ਇਹ ਪੋਤਾ ਵੱਡਾ ਸੀ ਛੋਟਾ? ਇਹ ਵੱਡਾ ਪੋਤਾ ਹੈਗਾ, ਇੱਕ ਮੁੰਡੇ ਦਾ 24 ਕਿੱਲੇ ਜ਼ਮੀਨ ਇਹਨੂੰ ਆਉਂਦੀ ਹੈਗੀ। ਤਿੰਨ ਪੋਤੀਆਂ ਸੀ ਨਹੀਂ ਵਿਆਹ ਦੀਆਂ? ਠੀਕ ਹੈ, ਤੇ ਦੂਜਾ ਛੋਟਾ ਵਿਆਹ ਹੈ ਕਿ ਉਹ? ਨਾ ਨਾ ਵਿਆਹ ਨਹੀਂ, ਉਹ ਤਾਂ ਪੜ੍ਹਦਾ ਛੋਟਾ ਹੈਗਾ। ਇਹ ਕਿੰਨਾ ਪੜ੍ਹਿਆ ਹੋਇਆ ਜੀ ਸਰ? ਇਹ MA ਕਰਦਾ ਹੈਗਾ। MA ਕਰਦਾ ਸੀ, ਕਰੀ ਜਾਂਦਾ ਸਭ, ਲਾਸਟ ਟਾਈਮ ਮੈਂ ਇਹਦੀ। ਅੱਛਾ ਅੱਛਾ ਅੱਛਾ, ਇਹਦੇ ਮਨ ਦੀ ਰੀਝ ਸੀਗੀ, ਇਹ ਕਈ ਸਾਲਾਂ ਤੋਂ ਕਹਿੰਦਾ ਸੀ ਵੀ ਅਖੀਰਲਾ ਵਿਆਹ ਹੀ ਹੈਗਾ। ਜਦੋਂ ਮੈਂ ਪੋਤੀ ਦਾ ਵਿਆਹ ਕਰਿਆ, ਇਹ ਕਹਿੰਦਾ ਵੀ ਅਖੀਰਲਾ ਵਿਆਹ ਹੀ ਹੈਗਾ ਸ਼ਿੰਦਰ ਸਿੰਘ ਦਾ, ਮੇਰੇ ਪੁੱਤਰ ਦਾ ਨਾਂ ਸ਼ਿੰਦਰ ਸਿੰਘ ਹੈ, ਤੇ ਮੈਂ ਕਿਹਾ ਤੇਰਾ ਵਿਆਹ? ਕਹਿੰਦਾ ਮੇਰਾ ਵਿਆਹ ਤਾਂ ਹੋਰ ਹੀ ਰੰਗ ਦਾ ਹੋਊਗਾ, ਹੋਰ ਹਿਸਾਬ ਦਾ ਹੋਊਗਾ, ਵੀ ਜਿਹੜਾ ਕੁਛ ਤੁਸੀਂ ਇਕੱਠ ਵੱਠ ਕਰਨਾ ਹੁਣ ਕਰ ਲਓ, ਵੀ ਮੇਰੇ ਵਿਆਹ ਨੂੰ ਤਾਂ ਗਿਣੋ ਹੀ ਨਾ, ਮੈਂ ਇਕੱਠ ਕਰਨਾ ਕੁਛ ਨਹੀਂ ਕਰਨਾ, ਪਤਾ ਨਹੀਂ ਮੈਂ ਕਿਹੜੇ ਤਰੀਕੇ ਨਾਲ ਲੜਕੀ ਨੂੰ ਲਿਆਉਣਾ। ਭੈਣ ਜੀ ਕਿਉਂ ਠੋਕ? ਆਹ ਹੁਣ ਸਾਰਿਆਂ ਦੇ ਅੱਗੇ ਹੈਗਾ ਵੀ ਜਿਹੜਾ ਤਰੀਕਾ ਇਹਨੇ ਵਰਤਿਆ, ਵਧੀਆ ਅੱਛਾ ਤਰੀਕਾ ਵਰਤਿਆ, ਦਾਜ ਨੂੰ ਲਾਹਨਤ ਪਾਈ ਹੈ, ਦਾਜ ਨੂੰ ਲਾਹਨਤ ਪਾਈ ਹੈ ਮੇਰੇ ਪੋਤੇ ਨੇ। ਅੱਗੇ ਤੋਂ ਸਮਾਜ ਇਸ ਲਾਈਨ ਤੇ ਚੱਲੇ, ਇਹਦੀ ਰੀਸ ਕਰਨ ਤਾਂ ਲੋਕ ਪੰਜਾਬੀ ਬਚ ਸਕਦੇ ਆ, ਖਰਚੇ ਤੋਂ ਬਚ ਸਕਦੇ ਆ। ਮੇਰੇ ਬ੍ਰਦਰ ਦਾ ਨਾਮ ਗੁਰਬਖਸ਼ੀਤ ਸਿੰਘ ਆ, ਉਹਨਾਂ ਨੇ ਅੱਜ ਸਿੰਪਲ ਮੈਰਿਜ ਕਰਵਾਈ ਹੈ ਸਾਈਕਲ ਤੇ, ਉਹ ਲੈ ਕੇ ਆਏ ਨੇ। ਉਹਨਾਂ ਦੀ ਬਚਪਨ ਦੀ ਜਦੋਂ ਤੋਂ ਉਹਨਾਂ ਨੂੰ ਮਤਲਬ ਪਤਾ ਚੱਲਿਆ ਸੀ ਇਹ ਦਾਜ ਦਹੇਜ ਬਾਰੇ, ਉਹਨਾਂ ਨੇ ਡਿਸਾਈਡ ਕਰਿਆ ਸੀ ਮੈਂ ਕੋਈ ਦਾਜ ਨਹੀਂ ਲੈਣਾ ਹੈਗਾ, ਤੇ ਜਿਹੜਾ ਮੈਂ ਮੈਰਿਜ ਉਹ ਕਿਸੇ ਵੱਡੀਆਂ ਗੱਡੀਆਂ ਦੀ ਥਾਂ ਤੇ ਸਿਰਫ ਸਾਈਕਲ ਤੇ ਲੈ ਕੇ ਆਉਣਾ ਆਪਣੀ ਪਤਨੀ ਨੂੰ। ਉਹਨਾਂ ਨੇ ਅੱਜ ਇਹ ਕਰਕੇ ਵਿਖਾਇਆ ਗਾ, ਬਿਨਾਂ ਦਾਜ ਲੈ ਕੇ ਸਿੰਪਲ ਆਨੰਦ ਕਾਰਜ ਗੁਰਦੁਆਰਾ ਸਾਹਿਬ ਕਰਕੇ ਤੇ ਸਾਈਕਲ ਤੇ ਬਿਠਾ ਕੇ ਉਹਨਾਂ ਨੂੰ ਆਪਣੇ ਸਹੁਰੇ ਘਰ ਲੈ ਕੇ ਆਏ। ਸੋ ਲੋੜ ਹੈ ਅਜਿਹੇ ਨੌਜਵਾਨਾਂ ਦੀ ਸੋਚ ਤੇ ਚੱਲਣ ਦੀ, ਤਾਂ ਜੋ ਵਿਆਹ ਸਮਾਗਮ ਵਿੱਚ ਫਜ਼ੂਲ ਖਰਚੀ ਕਰ ਆਪਣੇ ਸਿਰ ਕਰਜ਼ਾ ਚੜ੍ਹਾਉਣ ਵਾਲੇ ਕਰਜ਼ੇ ਤੋਂ ਬਚ ਸਕਣ ਅਤੇ ਫੋਕੀ ਬੱਲੇ ਬੱਲੇ ਤੋਂ ਕਿਨਾਰਾ ਕਰਨ। ਮੌੜ ਮੰਡੀ ਤੋਂ ਅਵਿਨਾਸ਼ ਮੌੜ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।